ਪਾ ਜੀ ਅੱਜ ਇੱਕੋ ਦਮ ਅਫਰਾ ਤਫਰੀ ਦਾ ਮਾਹੌਲ ਬਚ ਗਿਆ ਪਿੰਡ ਚ ਰੌਲਾ ਪੈ ਗਿਆ ਵੀ ਅੰਮ੍ਰਿਤਪਾਲ ਦੀ ਸਰਚ ਚੱਲ ਰਹੀ ਹੈ ਘਰਾਂ ਦੀ ਤਲਾਸ਼ੀ ਲਈ ਤੁਹਾਡੇ ਘਰ ਦੀ ਵੀ ਕੋਈ ਤਲਾਸ਼ੀ ਹੋਈ ਸਾਡੇ ਘਰ ਤਾਂ ਇਸ ਵੇਲੇ ਕਰੀਬ 11:30 ਵਜੇ ਆਈ ਪੁਲਿਸ ਹਾਂਜੀ ਪਹਿਲਾਂ ਨਹੀਂ ਆਈ ਕੋਈ ਅੱਛਾ ਜੀ ਹਾਂਜੀ ਤਾਂ ਕੀ ਘਰ ਦੀ ਤਲਾਸ਼ੀ ਹੋਈ ਸਾਰੇ ਦੇਖਿਆ ਕੋਈ ਇਹ ਜਿਹੜਾ ਮਾਹੌਲ ਮਾਹੌਲ ਦੇ ਮੁਤਾਬਕ ਕੋਈ ਵੀ ਦੇਖਿਆ ਕੋਈ ਗੈਰ ਬੰਦਾ ਤਾਂ ਨਹੀਂ ਸਾਡੇ ਕੋਈ ਗੈਰ ਬੰਦਾ ਨਹੀਂ ਸੀ ਮਤਲਬ ਜਿੱਦਾਂ ਦਾ ਇਹ ਮਾਹੌਲ ਬਣ ਰਿਹਾ ਹੈ ਵੀ ਰਾਤੀ 11:30 ਵਜੇ ਘਰਾਂ ਦੀਆਂ ਤਲਾਸ਼ੀਆਂ ਹੋ ਰਹੀਆਂ ਕੀ ਸੋਚਦੇ ਹੋ ਪੰਜਾਬ ਦੇ ਮਸਲਾ ਇਹ ਆ ਵੀ ਕੋਈ ਡਰ ਭੈ ਤਾਂ ਨਹੀਂ ਮਨ ਚ ਕਿਸੇ ਤਰ੍ਹਾਂ ਦਾ ਸਾਡੇ ਭੈ ਚ ਕੋਈ ਡਰ ਭੈ ਕੁਛ ਨਹੀਂ ਉਹ ਇਦਾਂ ਦੀ ਗੱਲਬਾਤ ਜਿਹੜਾ ਬੰਦਾ ਪੁਲਿਸ ਕਰਮਚਾਰੀ ਸਾਡੇ ਆਪਣੇ ਭਰਾ ਆ ਕੋਈ ਓਵਰੇ ਨਹੀਂ 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 ਭਾਜੀ ਦੇਖੋ ਇੱਕ ਮਿੰਟ ਸਾਡੇ ਹਾਲਾਤ ਬਣ ਰਹੇ ਆ ਪੰਜਾਬ ਦੇ ਦੇਖੋ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਆ ਉਹ ਭੁਗਤੂਗਾ ਵੀ ਨਹੀਂ ਜਿਹੜੇ ਪੰਜਾਬ ਦੇ ਹਾਲਾਤ ਬਣ ਰਹੇ ਇਹਦੇ ਬਾਰੇ ਕੀ ਸੋਚਦੇ ਹੋ ਇਹ ਥੋੜੇ ਕਮਾੜੇ ਬਣ ਰਹੇ ਆ ਇਸ ਟਾਈਮ ਓਕੇ ਹਾਂ ਠੀਕ ਥੈਂਕ ਯੂ ਪੰਚੂ ਹਾਂਜੀ ਕੀ ਸ਼ੁਭ ਨਾਮ ਜਸਵਿੰਦਰ ਸਿੰਘ ਜਸਵਿੰਦਰ ਭਾਜੀ ਪਿੰਡ ਦੇ ਵਿੱਚ ਕੀ ਇਹੋ ਜਿਹਾ ਮਾਹੌਲ ਹੋਇਆ ਵੀ ਪਿੰਡ ਪੂਰੀ ਪੁਲਿਸ ਛਾਉਣੀ ਦੇ ਵਿੱਚ ਹੀ ਤਬਦੀਲ ਹੋ ਗਿਆ ਇਹ ਭਾਜੀ ਨਾ ਤਕਰੀਬਨ 8:15 8:30 ਵਜੇ ਨਾ ਜੀ ਇੱਕ ਇਨੋਵਾ ਗੱਡੀ ਆਈ ਸੀਗੀ ਅੱਛਾ ਜੀ ਉਹਦੇ ਮਗਰ ਇੱਕ ਫੋਰਚੂਨਰ ਗੱਡੀ ਸੀਗੀ ਉਹਦਾ ਪਿੱਛਾ ਕਰਦੀ ਸੀ ਉਸ ਦੀਆਂ ਗੱਡੀਆਂ ਸੀ ਉਹ ਨਾ ਸਾਡੇ ਇੱਧਰ ਇੱਕ ਗੁਰਦੁਆਰਾ ਸਾਹਿਬ ਆ ਜੀ ਬਾਬਾ ਭਾਈ ਚਾਚਾ ਜੀ ਜੀ ਉਹ ਉੱਥੇ ਤਕਰੀਬਨ ਉੱਧਰ ਨੂੰ ਗੱਡੀ ਵਾੜ ਲਈ ਉਹਨਾਂ ਨੇ ਖੇਤਾਂ ਦੇ ਥੋੜ੍ਹਾ ਲੱਗ ਗਿਆ ਅਤੇ ਉਹ ਗੱਡੀ ਦੇ ਵਿੱਚੋਂ ਕਹਿੰਦੇ ਜੋ ਦੱਸਦੇ ਆ ਉੱਥੇ ਜੀ ਮੈਨੂੰ ਤਾਂ ਪਤਾ ਨਹੀਂ ਉੱਥੇ ਕੌਣ ਸੀਗੇ ਅਤੇ ਉਹ ਦੋ ਬੰਦੇ ਕਹਿੰਦੇ ਉਹਦੇ ਵਿੱਚੋਂ ਉਤਰ ਕੇ ਭੱਜ ਗਏ ਸਾਈਡ ਨੂੰ ਖੇਤਾਂ ਨੂੰ ਕੰਧਾਂ ਟੱਪ ਗਏ ਅੱਛਾ ਜੀ ਅਤੇ ਉਸ ਤੋਂ ਬਾਅਦ ਸਾਰਾ ਹੀ ਪਿੰਡ ਉਹਨਾਂ ਨੇ ਸੀਲ ਕਰ ਦਿੱਤਾ ਉਹ ਗੱਡੀ ਸਵਾਰ ਵੀ ਦੋ ਹੀ ਸੀਗੇ ਗੱਡੀ ਦੇ ਵਿੱਚ ਹਾਂਜੀ ਦੱਸਦੇ ਤਾਂ ਦੋ ਹੀ ਆ ਬੰਦੇ ਹੁਣ ਭਾਜੀ ਮੈਂ ਤਕਰੀਬਨ ਮੈਂ ਵੀ ਇੱਥੇ ਸੀਗਾ ਨਹੀਂ ਉਦੋਂ ਮੈਂ ਇੱਕ ਘੰਟੇ ਬਾਅਦ ਆਇਆ ਅਤੇ ਜੋ ਦੱਸਦੇ ਆ ਦੋ ਬੰਦੇ ਸੀਗੇ ਕਹਿੰਦੇ ਪੁਲਿਸ ਨੇ ਗੱਡੀ ਫੜ ਲਈ ਹਾਂ ਗੱਡੀ ਸ਼ਾਇਦ ਪੁਲਿਸ ਵਾਲੇ ਲੈ ਗਏ ਦੂਸਰੀ ਗੱਲ ਭਾਜੀ ਕੋਈ ਇੱਕ ਬੜਾ ਰੌਲਾ ਪੈਣ ਡਿਆ ਵੀ ਅੰਮ੍ਰਿਤਪਾਲ ਦਾ ਸਰਚ ਆਪਰੇਸ਼ਨ ਕੁਛ ਇੱਦਾਂ ਦੀ ਵੀ ਗੱਲ ਇੱਦਾਂ ਦੀ ਭਾਜੀ ਸਾਹਮਣੇ ਤਾਂ ਆ ਰਹੀ ਆ ਬਾਕੀ ਪਤਾ ਨਹੀਂ ਕਦੋਂ ਤੋਂ ਪੁਲਿਸ ਆਈ ਹੋਈ ਪਿੰਡ 'ਚ ਕਦੋਂ ਤੋਂ ਸਵਾ 8:30 ਵਜੇ ਤਕਰੀਬਨ ਕੋਈ ਵੱਡੇ ਕਿਹੜੇ ਵੱਡੇ ਅਫਸਰ ਆਏ ਸੀ ਕੁਛ ਹੈ ਜਾਣਕਾਰੀ ਤੁਹਾਨੂੰ ਭਾਜੀ ਸਾਰੀ ਪੁਲਿਸ ਸੀਗੀ ਬਹੁਤ 4 ਜ਼ਿਲ੍ਹਿਆਂ ਦੀ ਪੁਲਿਸ ਆਈ ਹੋਈ ਆ ਇੱਥੇ ਤਾਂ ਇਸ ਤੋਂ ਬਾਅਦ ਕਈ ਘਰਾਂ ਦੀ ਵੀ ਤਲਾਸ਼ੀ ਲਈ ਤਕਰੀਬਨ ਸਾਰੇ ਘਰਾਂ ਦੀ ਲੈ ਰਹੇ ਜੀ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਸਾਰੇ ਘਰਾਂ ਹੀ ਲੈ ਰਹੇ ਤਾਂ ਪਿੰਡ ਵਾਲੇ ਸਹਿਯੋਗ ਦੇ ਰਹੇ ਪੂਰਾ ਸਹਿਯੋਗ ਹੈ ਤੇ ਕੋਈ ਕਦੀ ਐਕਟੀਵਿਟੀ ਦੇਖੀ ਹੋਵੇ ਕੋਈ ਅੰਮ੍ਰਿਤਪਾਲ ਦੀ ਇੱਧਰ ਨਹੀਂ ਇੱਦਾਂ ਦਾ ਕੁਛ ਨਹੀਂ ਹੈ ਕੋਈ ਉਸ ਗੁਰਦੁਆਰਾ ਸਾਹਿਬ ਦੀ ਗੱਲ ਨਹੀਂ ਨਹੀਂ ਕੁਛ ਵੀ ਨਹੀਂ ਹੈਗਾ ਕੋਈ ਹੈ ਕੋਈ ਸਾਡੇ ਪਿੰਡ ਦੇ ਵਿੱਚ ਇੱਦਾਂ ਦਾ ਕੋਈ ਨਹੀਂ ਹੈਗਾ ਕੋਈ ਸਮਰਥਕ ਵਗੈਰਾ ਉਹਦਾ ਜਾਂ ਕੁਛ ਸਾਡੇ ਪਿੰਡ ਵਿੱਚ ਤਾਂ ਇੱਦਾਂ ਦਾ ਸਾਡੀ ਨਿਗਾਹ 'ਚ ਕੋਈ ਨਹੀਂ ਹੈਗਾ ਸਟੇਬਲ ਆ ਕੰਡੀਸ਼ਨ ਬਿਲਕੁਲ ਜਿਸ ਗੁਰਦੁਆਰਾ ਸਾਹਿਬ ਵੱਲ ਉਹਨਾਂ ਨੇ ਗੱਡੀ ਮੋੜੀ ਸੀ ਉੱਥੇ ਕਦੀ ਕੋਈ ਐਕਟੀਵਿਟੀ ਅੰਮ੍ਰਿਤਪਾਲ ਦੀ ਨਹੀਂ ਬਿਲਕੁਲ ਨਹੀਂ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਗਲਤੀ ਨਾਲ ਉਹਨਾਂ ਨੇ ਮੋੜ ਲਈ ਆ ਉਹ 2 ਲਿੰਕ ਰੋਡ ਜਾਂਦੇ ਆ ਇੱਕ ਗਾਹਾਂ ਨਿਕਲਦਾ ਸਾਰੀ ਪਿੰਡ ਨੂੰ ਇੱਕ ਜਾਂਦਾ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਤੋਂ ਜਾ ਕੇ ਬੰਦ ਹੋ ਜਾਂਦਾ ਉਹ
ਉਹਨਾਂ ਨੇ ਗੱਡੀ ਉੱਤੇ ਖੜੀ ਕਰ ਦਿੱਤੀ ਆ, ਗੱਡੀ ਤੋਂ ਬਾਅਦ ਉਹ ਭੱਜ ਗਏ। ਤਾਂ ਮਤਲਬ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਨਹੀਂ ਕੀਤੇ? ਨਹੀਂ ਕੀਤੇ ਆ। ਅੱਛਾ, ਕਰ ਗਏ। ਹਾਂ, ਗੱਡੀ ਸ਼ਾਇਦ ਉਹਨਾਂ ਨੇ ਅੰਦਰ ਵਾੜੀ ਆ। ਅੱਛਾ ਜੀ, ਉੱਥੋਂ ਕੰਧਾਂ ਟੱਪੀਆਂ ਤੇ ਭੱਜ ਗਏ। ਓਕੇ, ਕਿੰਨੇ ਬੰਦੇ? ਮਤਲਬ ਬੰਦੇ ਬੰਦਿਆਂ ਚੋਂ ਮਤਲਬ ਤੁਹਾਡੀ ਜਾਣਕਾਰੀ ਦੇ ਮੁਤਾਬਕ ਕੋਈ ਇਹਨਾਂ ਦੇ ਹੱਥ ਨਹੀਂ ਲੱਗਾ? ਨਹੀਂ ਜੀ। ਗੁਰਦੁਆਰੇ ਜਸਵਿੰਦਰ ਸਿੰਘ ਜੱਸਾ ਸਾਹਿਬ।